ਇਹ ਫੁਹਾਰਾ ਜੈੱਟ ਇੰਜੈਕਸ਼ਨ ਵਾਲੀ ਬੋਤਲ, ਨਵੀਂ ਸਰਿੰਜ, ਪੁਰਾਣਾ ਬਾਲ ਪੈਨ ਅਤੇ ਇੱਕ ਲੰਬੀ ਸੂਈ ਨਾਲ ਬਣੇਗਾ। ਪੁਰਾਣੇ ਬਾਲ ਪੈਨ ਦਾ ਸਿੱਕਾ ਲਓ ਅਤੇ ਉਸ ਦੀ ਨਿੱਬ ਕੱਢ ਦਿਓ। ਨਿੱਬ ਵਿੱਚੋਂ ਸੂਈ ਨਾਲ ਗੇਂਦ ਕੱਢ ਲਓ। ਇਸ ਨਾਲ ਸਿੱਕਾ ਇੱਕ ਓਰੀਫਾਈਸ ਬਣ ਜਾਏਗਾ ਅਤੇ ਬਹੁਤ ਸੁੰਦਰ ਜੈੱਟ ਬਣਾਵੇਗਾ। ਸੂਈ ਨਾਲ ਟੀਕੇ ਵਾਲੀ ਬੋਤਲ ਵਿੱਚ ਗਲੀ ਕਰ ਲਓ। ਸਿੱਕੇ ਨੂੰ ਢੱਕਣ ਵਿੱਚ ਧੱਕ ਦਿਓ। ਰੰਗਦਾਰ ਪਾਣੀ ਨਾਲ ਭਰੀ ਬੋਤਲ ਦੇ ਢੱਕਣ ਲਗਾ ਦਿਓ। ਇੱਕ ਸਟਰਲਾਈਜ਼ ਸਿਰਿੰਜ ਦੀ ਸੂਈ ਮੋੜ ਦਿਓ ਅਤੇ ਢੱਕਣ ਵਿੱਚ ਪਾ ਦਿਓ। ਹੁਣ ਜਦੋਂ ਤੁਸੀਂ ਉਸ ਨੂੰ ਦੱਬੋਗੇ ਤਾਂ ਰੰਗਦਾਰ ਪਾਣੀ ਫੁਹਾਰੇ ਦੀ ਤਰ੍ਹਾਂ ਬਾਹਰ ਨਿਕਲੇਗਾ। ਇਹ ਕਾਫੀ ਲੰਬੇ ਸਮੇਂ ਲਈ ਚੱਲੇਗਾ। ਇਹ ਲੰਬੀ ਸਿਰਿੰਜ ਨਾਲ ਵੀ ਕੀਤਾ ਜਾ ਸਕਦਾ ਹੈ। ਜਦੋਂ ਸਿਰਿੰਜ ਦਬਾਓਗੇ ਤਾਂ ਬਹੁਤ ਲੰਬਾ ਪਾਣੀ ਦਾ ਫੁਹਾਰਾ ਨਿਕਲੇਗਾ। ਜੇ ਤੁਸੀਂ ਲੰਗਰ ਨੂੰ ਵਾਪਸ ਖਿੱਚੋਗੇ ਤਾਂ ਪਾਣੀ ਦੇ ਬੁਲਬਲੇ ਵੀ ਦਿਸਣਗੇ। ਦੁਬਾਰਾ ਅੰਦਰ ਪਾਉਣ ਨਾਲ ਪਾਣੀ ਦਾ ਫੁਹਾਰਾ ਫਿਰ ਚੱਲ ਪਵੇਗਾ।